ਤੁਸੀਂ ਦੇਖ ਸਕਦੇ ਹੋ ਕਿ ਅੱਜ ਦੀਪ ਸਿੱਧੂ ਦੀ ਅੰਤਮ ਅਰਦਾਸ ਦੇ ਵਿੱਚ ਪਹੁੰਚਣ ਲਈ ਕੇਸਰੀ ਨਿਸ਼ਾਨ ਸਾਹਿਬ ਹਰੇਕ ਗੱਡੀ ਦੇ ਉੱਤੇ ਝੰਡਾ ਜਿਹੜਾ ਕੇਸਰੀ ਨਿਸ਼ਾਨ ਸਾਹਿਬ ਸੌਰੀ ਝੰਡਾ ਸ਼ਬਦ ਵਰਤ ਲਿਆ ਕੇਸਰੀ ਨਿਸ਼ਾਨ ਸਾਹਿਬ ਚਾਹੇ ਹੋਵੇ ਚਾਹੇ ਨੀਲੇ ਰੰਗ ਦਾ ਹੋਵੇ ਉਹਦੀ ਵਰਤੋਂ ਕੀਤੀ ਜਾ ਰਹੀ ਹੈ ਵੀਰਾਂ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਹਾਂਜੀ ਵੀਰ ਜੀ ਕਿੱਥੋਂ ਆਏ ਜੀ ਅਸੀਂ ਜੀ ਲੁਧਿਆਣੇ ਤੋਂ ਲੁਧਿਆਣੇ ਤੋਂ ਆਏ ਤਾਂ ਨਿਸ਼ਾਨ ਸਾਹਿਬ ਲਾ ਕੇ ਜਾਣਾ ਅੱਜ ਪਹੁੰਚਣਾ ਹਾਂਜੀ ਪਹੁੰਚਣਾ ਜੀ ਪਹੁੰਚਣਾ ਫਖਰ ਮਹਿਸੂਸ ਹੋ ਰਿਹਾ ਵੈਸੇ ਫਖਰ ਪੂਰਾ ਜੀ ਪੂਰਾ ਫਖਰ ਹੋ ਰਿਹਾ ਜੀ ਪਹਿਲਾਂ ਵੀ ਲਾ ਕੇ ਨਿਕਲਦੇ ਹੁੰਦੇ ਕਦੀ ਅੱਜ ਮਾਰਚਾਂ 'ਚ ਨਹੀਂ ਜੀ ਪਹਿਲੀ ਗਰੀ ਆਏ ਹਾਂ ਪਹਿਲੀ ਗਰੀ ਇੱਥੇ ਹਾਂਜੀ ਹਾਂਜੀ ਪਹਿਲੀ ਗਰੀ ਲਾਇਆ ਲੱਗਦਾ ਵੀ ਮਤਲਬ ਆਨੰਦ ਵੱਜੇ ਹੋਏ ਆ ਇਸ ਚੀਜ਼ ਨਾਲ ਪੂਰਾ ਹਾਂਜੀ 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 ਬਿਲਕੁਲ ਜੀ ਹੋਰ ਕੀ ਕਹਿਣਾ ਚਾਹੁੰਦੇ ਜੀ ਹਾਂਜੀ ਵੀਰ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਅੱਜ ਬਸ ਹੀ ਜਾ ਰਹੇ ਆ ਝੰਡਾ ਲਾ ਕੇ ਦੀਪ ਸਿੱਧੂ ਦੇ ਭੋਗ ਤੇ ਜੀ ਹਾਂਜੀ ਜੀ ਬਿਲਕੁਲ ਤਿਆਰੀ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਧਰ ਪਿਛਲੇ ਪਾਸੇ ਨਿਗਾਹ ਮਾਰਦੇ ਆ ਤਾਂ ਗੱਡੀਆਂ ਜਿਹੜੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਨਿਸ਼ਾਨ ਸਾਹਿਬ ਜਿਹੜੇ ਆ ਉਹ ਲਾਏ ਜਾ ਰਹੇ ਨੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਮਤਲਬ ਇੱਥੇ ਜਿਹੜਾ ਵਾਹਿ ਜੀ ਖਾਲਸਾ ਵਾਹਿ ਜੀ ਫਤਿਹ ਜੀ ਇੱਥੇ ਪਹੁੰਚ ਰਹੇ ਨੇ ਅਤੇ ਨਿਸ਼ਾਨ ਸਾਹਿਬ ਜਿਹੜੇ ਲਾਏ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਮਾਰਚ ਦੇ ਵਿੱਚ ਸੌਰੀ ਅੱਜ ਜਿਹੜਾ ਉੱਥੇ ਦੀਪ ਸਿੱਧੂ ਦੀ ਅੰਤਮ ਅਰਦਾਸ ਦੇ ਵਿੱਚ ਪਹੁੰਚਣ ਦੇ ਲਈ ਕੇਸਰੀ ਨਿਸ਼ਾਨ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜੀ ਅਗਵਾਈ ਕੀਤੀ ਜਾ ਰਹੀ ਹੈ ਵਾਹਿ ਜੀ ਖਾਲਸਾ ਜੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਹਿਣਾ ਚਾਹੁੰਦੇ ਜੀ ਕਾਹਦੇ ਬਾਰੇ ਜੀ ਅੱਜ ਜੋ ਅੰਤਮ ਅੱਜ ਅਸੀਂ ਜੀ ਦੀਪ ਆਪਣੇ ਵੀਰ ਦੀਪ ਸਿੱਧੂ ਜੀ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਚੱਲੇ ਹਾਂ ਜੀ ਸਿੱਖ ਕੌਮ ਲਈ ਦਰਦ ਰੱਖਦੇ ਸੀਗੇ ਪੰਜਾਬ ਲਈ ਦਰਦ ਰੱਖਦੇ ਸੀਗੇ ਅਤੇ ਅਸੀਂ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਚੱਲੇ ਹਾਂ ਸਭ ਲਾਏ ਜਾ ਰਹੇ ਗੱਡੀਆਂ ਨਿਸ਼ਾਨ ਸਾਹਿਬ ਨਿਸ਼ਾਨ ਸਾਹਿਬ ਨਿਸ਼ਾਨ ਇਹ ਆਪਣੇ ਲਾਉਣੇ ਚਾਹੀਦੇ ਇਹੀ ਆਪਣਾ ਇੱਕ ਨਿਸ਼ਾਨ ਆ ਹਨਾ ਤੇ ਮੇਨ ਚੀਜ਼ ਤਾਂ ਇਹੀ ਆ ਵੀ ਹੁਣ ਜੋ ਵੀਰ ਦੀ ਸੋਚ ਸੀ ਆਪਾਂ ਨੂੰ ਉਹਦੇ ਜਦੋਂ ਕਿਸੇ ਕਿਸਾਨ ਆਗੂ ਨੇ ਕਹਿਤਾ ਸੀ ਕਿ ਇਹ ਹਟਾ ਦਿਓ ਇਹ ਚੀਜ਼ਾਂ ਸਰ ਬਹੁਤ ਲੋਕੀ ਹੁੰਦੇ ਨੇ ਜਿਹੜੇ ਕਹਿੰਦੇ ਹੁੰਦੇ ਆ ਵੀ ਇਹਨੂੰ ਹਟਾ ਲਓ ਤਰ੍ਹਾਂ ਤਰ੍ਹਾਂ ਦੇ ਹੁੰਦੇ ਆ ਸ਼ਹੀਦਾਂ ਦੀ ਧਰਤੀ ਤੇ ਚੱਲੇ ਆ ਉਹਨਾਂ ਨੂੰ ਨਤਮਸਤਕ ਆ ਨਿਸ਼ਾਨ ਸਾਹਿਬ ਨੂੰ ਨਤਮਸਤਕ ਆ ਉਹਦੀ ਰਜਾ ਦੇ ਥੱਲੇ ਜਿਉਂਦੇ ਆ ਉਹਦੀ ਰਜਾ ਦੇ ਥੱਲੇ ਮਰਦੇ ਆ ਠੀਕ ਹੈ ਕਿ ਨਹੀਂ ਨਿਸ਼ਾਨ ਸਾਹਿਬ ਤੋਂ ਬਿਨਾਂ ਅਸੀਂ ਕਾਹਦੇ ਜੋਗੇ ਆ ਜਿਹੜਾ ਸਾਨੂੰ ਪਿੱਛੇ ਹਟਾਇਆ ਜਾ ਰਿਹਾ ਸੀ ਮਤਲਬ ਕਿ ਹੈ ਤਾਂ ਮਾੜੀਆਂ ਹਰਕਤਾਂ ਸ਼ਹੀਦਾਂ ਦੀ ਧਰਤੀ ਜ਼ਰੂਰ ਮਾੜੀਆਂ ਹਰਕਤਾਂ ਸੀਗੀਆਂ ਪਰ ਜਿੱਥੇ ਆਪਣੇ ਛੋਟੇ ਸਾਹਿਬਜ਼ਾਦਿਆਂ ਨੇ ਆਪਦੀ ਦੇਸ਼ ਲਈ ਆਪਦੀ ਕੌਮ ਖਾਤਰ ਕੁਰਬਾਨੀਆਂ ਦਿੱਤੀਆਂ ਇਸ ਖਾਲਸਾਈ ਨਿਸ਼ਾਨ ਨੂੰ ਉੱਚਾ ਰੱਖਣ ਖਾਤਰ ਹੀ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਤੇ ਅਸੀਂ ਇਹਨਾਂ ਨੂੰ ਲਗਾ ਨਹੀਂ ਸਕਦੇ ਮੇਨ ਸਰ ਜਿਹੜੀ ਚੀਜ਼ ਸੀਗੀ ਉਹ ਉਹਨਾਂ ਤੋਂ ਵੀ ਕਹਾਇਆ ਗਿਆ ਸੀ ਇੱਕ ਪੰਜਾਬੀ ਮੈਂ ਨਹੀਂ ਮੰਨਦਾ ਵੀ ਉਹ ਇਹ ਨਿਸ਼ਾਨ ਸਾਹਿਬ ਨੂੰ ਹਟਾਉਣ ਲਈ ਕਹੂਗਾ ਚਾਹੇ ਉਹ ਕੋਈ ਆ ਚਾਹੇ ਕਿਸੇ ਧਰਮ ਨਾਲ ਸਮਾਂ ਨਿਸ਼ਾਨ ਸਾਹਿਬ ਨੂੰ ਹਟਾਉਣ ਲਈ ਕੋਈ ਨਹੀਂ ਕਹੂਗਾ ਜੀ ਨਿਸ਼ਾਨ ਸਾਹਿਬ ਝੂਲਦਾ ਕਹਿੰਦੇ ਆ ਕਿ ਪਨਾਹ ਲੈਣੀ ਹੋਵੇ ਜਾਂ ਗੁਰੂ ਘਰ ਲੰਗਰ ਛਕਣਾ ਹੋਵੇ ਤਾਂ ਨਿਸ਼ਾਨ ਸਾਹਿਬ ਦੇਖੋ ਨਿਸ਼ਾਨ ਸਾਹਿਬ ਪਹੁੰਚੋ ਸਭ ਪਹੁੰਚੋ ਹਾਂਜੀ ਤੁਹਾਨੂੰ ਕੋਈ ਵੀ ਪ੍ਰੋਬਲਮ ਆ ਤੁਸੀਂ ਨਿਸ਼ਾਨ ਸਾਹਿਬ ਦੇ ਇੱਕ ਵਾਰੀ ਛੱਤ ਛਾਇਆ ਚਾਹੋ ਜੀ ਤੁਹਾਡੇ ਹਰੇਕ ਮਸਲਾ ਹੱਲ ਹੋਊਗਾ ਉਦੋਂ ਬਿਆਨ ਦਿੱਤੇ ਗਏ ਸੀ ਅੱਜ ਉਹ ਵੇਖੋ ਤੁਸੀਂ ਉਹਨਾਂ ਵੱਧ ਚੜ ਕੇ ਚੀਜ਼ਾਂ ਵੱਧ ਚੜ ਕੇ ਤੇ ਉਹ ਬਿਆਨ ਦੇਣ ਵਾਲੇ ਬੰਦੇ ਆਪ ਇੱਥੇ ਹਾਜ਼ਰ ਹੋਣਗੇ ਤੁਸੀਂ ਇਹ ਵੀ ਦੇਖਿਓ ਜੀ ਉਹਨਾਂ ਤੋਂ ਵੀ ਕਹਾਏ ਗਏ ਸੀਗੇ ਕਿਉਂ ਕਰਕੇ ਕਿਸੇ 'ਤੇ ਵੀ ਇਹ ਪ੍ਰੈਸ਼ਰ ਹੁਣ ਤੁਸੀਂ ਮੇਰੇ 'ਤੇ ਕੋਈ ਵੀ ਪ੍ਰੈਸ਼ਰ ਪਾਈ ਜਾਵੋ ਹੈ ਨਾ ਤਾਂ ਮੇਰੇ ਤੋਂ ਕਿਤੇ ਨਾ ਕਿਤੇ ਗੱਲ ਕਹੀ ਜਾਣੀ ਆ ਅੱਜ ਜਿਵੇਂ ਜਾ ਰਹੇ ਹੋ ਕੀ ਮੰਨਦੇ ਕੀ ਹੋ ਜੋ ਕੁਛ ਹੋਇਆ ਮੰਨਦੇ ਕਿ ਕੀ ਚੀਜ਼ ਮੰਨਦੇ ਹੋ ਮੇਨ ਤਾਂ ਮੰਨਦੇ ਸਰ ਦੇਖੋ ਮੰਨਦੇ ਹੁਣ ਕੋਈ ਕਹਿ ਰਿਹਾ ਐਕਸੀਡੈਂਟ ਆ ਕੋਈ ਕਹਿ ਰਿਹਾ ਕਰਾਇਆ ਗਿਆ ਮੇਨ ਤਾਂ ਅਸੀਂ ਤਾਂ ਇਹੀ ਮੰਨਦੇ ਹਾਂ ਵੀ ਅਕਾਲ ਪੁਰਖ ਦੀ ਰਜ਼ਾ ਸੀਗੀ ਵੀਰ ਨੇ ਜਾਣਾ ਸੀ ਉਹ ਚਲਿਆ ਗਿਆ ਅਕਾਲ ਪੁਰਖ ਦੀ ਰਜ਼ਾ ਜੀ ਜੋ ਵੀ ਹੈ ਅਸੀਂ ਵੀ ਇੱਥੇ ਤੁਹਾਡੇ ਕੋਲ ਖੜੇ ਗੱਲਾਂ ਕਰਦੇ ਉਹਦੀ ਰਜ਼ਾ ਜੀ ਸਾਰਾ ਕੁਛ ਜੀ ਉਹਦੀ ਰਜ਼ਾ 'ਚ ਹੀ ਹੋ ਰਿਹਾ ਜੀ ਸਾਰਾ ਕੁਛ ਹੀ ਅਕਾਲ ਪੁਰਖ ਦੀ ਰਜ਼ਾ 'ਚ ਹੋ ਰਿਹਾ ਤੇ ਜੋ ਅਸੀਂ ਜੀ ਮੁੱਲਾਪੁਰ ਦਾਖਾ ਦੇ ਕੋਲੇ ਆ ਜੀ ਪਹੁੰਚ ਰਹੇ ਹੋ ਲੇਟ ਹੋ ਗਏ ਨੀ ਲੇਟ ਹੋ ਗਏ ਜੀ ਬਸ ਇਕੱਠੇ ਕਰਦੇ ਬੰਦੇ ਲੇਟ ਹੋ ਗਏ ਤਾਂ ਹੀ ਤਾਂ ਚੱਲਦੇ ਆ ਕੋਈ ਨਹੀਂ ਮਿਲਦੇ ਆ ਫਿਰ ਜੀ ਲਾਏ ਜਾ ਰਹੇ ਨਿਸ਼ਾਨ ਸਾਹਿਬ ਜੀ ਹਾਂਜੀ ਲਗਾ ਰਹੇ ਹਾਂ ਜੀ ਮਾਨ ਮਹਿਸੂਸ ਹੋ ਰਿਹਾ ਹਾਂਜੀ ਹੋ ਰਿਹਾ ਜੀ ਹਾਂਜੀ ਕਹਿਣਾ ਚਾਹੋਗੇ ਕੋਈ ਨਹੀਂ ਕਹਿਣਾ ਸਾਡਾ ਹੈ ਹੀ ਕੌਮ ਨਿਸ਼ਾਨ ਸਾਹਿਬ ਦੇ ਪ੍ਰਤੀ ਆ ਸਾਰਾ ਕੁਛ ਹਾਂਜੀ ਸਭ ਕੁਛ ਅੱਜ ਜਾ ਰਹੇ ਹੋ ਅੰਤਮ ਅਰਦਾਸ ਤੇ ਕੀ ਕਹੋਗੇ ਮਾਣ ਵਾਲੀ ਗੱਲ ਆ ਵੀ ਸਾਡੀ ਕੌਮ ਲਈ ਬਹੁਤ ਕੁਛ ਸੀਗੇ ਸਾਰਾ ਕੁਛ ਉਹੀ ਸੀਗੇ ਸਾਡੇ ਕੌਮ ਲਈ ਬਹੁਤ ਕੁਛ ਕੀਤਾ ਅਤੇ ਪਰ ਸਾਡੀ ਕੌਮ ਬਾਅਦ 'ਚੋਂ ਕਦਰ ਪਾਉਂਦੀ ਹੈ ਬੰਦੇ ਦੇ ਜਾਣ ਤੋਂ ਬਾਅਦ ਹੀ ਸਮਾਂ ਤਾਂ ਬਾਅਦ 'ਚੋਂ ਮਹਿਸੂਸ ਹੁੰਦਾ ਰਿਹਾ ਕਿ ਉਹਨੂੰ ਪਹਿਲਾਂ ਕਿਸੇ ਦੀ ਕਦਰ ਕੋਈ ਨਹੀਂ ਪਾਉਂਦਾ ਗਾ ਅੱਜ ਸਮਾਂ ਵੈਸੇ ਲੰਘ ਗਿਆ ਹੁਣ ਫਿਰ ਭੁੱਲ ਜਾਣਗੇ ਲੋਕ ਅੱਗੇ ਪਿੰਡਾਂ ਵਾਲੇ ਸੰਤਾਂ ਨੂੰ ਭੁੱਲ ਗਏ ਵੈਸੇ ਯਾਦ ਕਰ ਲੈਂਦੇ ਫੋਟੋਆਂ 'ਚ ਯਾਦ ਕਰ ਲੈਂਦੇ ਉਵੇਂ ਬਸ ਉਹ ਥੋੜ੍ਹੇ ਚਿਰ ਫਿਰ ਭੁੱਲ ਜਾਣਗੇ ਲੋਕ ਤੁਹਾਡੇ ਨਾਲ ਬਿਲਕੁਲ ਤੁਹਾਨੂੰ ਦਿਖਾਉਂਦੇ ਹਾਂ ਹੋਰ ਵੀ ਗੱਲਬਾਤ ਕਰਦੇ ਹਾਂ ਆਪਾਂ ਨਿਸ਼ਾਨ ਸਾਹਿਬ ਜਿਹੜੇ ਲਗਾਏ ਜਾ ਰਹੇ ਨੇ ਗੱਡੀਆਂ ਦੇ ਉੱਪਰ ਜੇਕਰ ਤੁਹਾਨੂੰ ਵਿਖਾਉਣੇ ਆ ਤੇ ਕਾਫਲਾ ਜਿਹੜਾ ਵੱਡਾ ਮੋਟਰਸਾਈਕਲਾਂ ਦੇ ਉੱਪਰ ਨਿਸ਼ਾਨ ਸਾਹਿਬ ਜਿਹੜੇ ਆ ਲਗਾਏ ਜਾ ਰਹੇ ਨੇ ਇਹ ਅੱਜ ਜਿਹੜਾ ਜਾ ਰਹੇ ਨੇ ਅੰਤਮ ਅਰਦਾਸ ਦੀਪ ਸਿੱਧੂ ਦੀ ਅੰਤਮ ਅਰਦਾਸ 'ਤੇ ਪਹੁੰਚਣ ਲਈ ਫਤਿਹਗੜ੍ਹ ਸਾਹਿਬ
ਉਹ ਮੁਕੱਦਸ ਧਰਤੀ ਤੇ ਪਹੁੰਚਿਆ ਜਾ ਰਿਹਾ। ਸ਼ਹੀਦਾਂ ਦੀ ਧਰਤੀ ਮੰਨੀ ਜਾਂਦੀ ਹੈ, ਵੈਸੇ ਤਾਂ ਉਹ ਹਰ ਇੱਕ ਥਾਂ ਪੰਜਾਬ ਦੀ ਸ਼ਹੀਦਾਂ ਦੀ ਧਰਤੀ ਆ, ਚਾਹੇ ਪੰਜਾਬ ਤੋਂ ਬਾਹਰ ਹੋਵੇ ਜਿੱਥੇ ਸਿੱਖਾਂ ਦਾ ਖੂਨ ਡੁੱਲਿਆ, ਪਰ ਉਸ ਧਰਤੀ 'ਤੇ ਪਹੁੰਚਣ ਦੇ ਲਈ ਅੱਜ ਕਾਫੀ ਉਤਸ਼ਾਹ ਹੈ, ਉਤਸ਼ਾਹ ਦੇ ਵਿੱਚ ਜਾਇਆ ਜਾ ਰਿਹਾ। ਜੀ ਵੀਰ ਜੀ ਕੀ ਕਹੋਗੇ, ਅੱਜ ਜਾ ਰਹੇ ਹੋ, ਨਿਸ਼ਾਨ ਸਾਹਿਬ ਲਾਏ ਜਾ ਰਹੇ ਨੇ? ਦੀਪ ਸਿੱਧੂ ਦੇ ਭੁਗਤੇ ਜਾ ਰਹੇ ਹਾਂ ਜੀ, ਬਾਕੀ ਹਰੀ ਝੰਡੇ ਇੱਥੋਂ ਸਾਰੇ ਤਿਆਰ ਬਰ ਤਿਆਰ ਹੋ ਕੇ ਹਰੀ ਸੰਗਤ। ਹਾਂਜੀ ਮੋਗੇ ਤੋਂ ਜੀ। ਕੀ ਲੱਗਦਾ ਕੀ ਆ ਜੋ ਕੁਛ ਹੋਇਆ ਬੀਤਿਆ ਸਭ? ਉਹਦਾ ਜੀ ਹੁਣ ਪਰਮਾਤਮਾ ਹੀ ਜਾਣਦਾ ਵੇ ਇਹਦਾ। ਪੰਜਾਬ ਨੇ ਇੱਕ ਹੀਰਾ ਗਵਾ ਲਿਆ ਜੀ। ਹੀਰੇ ਦੀ ਪਛਾਣ ਲੇਟ ਕਿਉਂ ਆਉਂਦੀ ਹੈ? ਅਸੀਂ ਤਾਂ ਉਦੋਂ ਵੀ ਜਦੋਂ ਵੀ ਆਹ ਉਗਰਾਹਾਂ ਵਾਲੇ ਸੀਗੇ ਜਾਂ ਕੋਈ ਵੀ ਜਦੋਂ ਗਦਾਰ ਕਹਿੰਦੇ ਸੀਗੇ, ਅਸੀਂ ਪਿੰਡਾਂ ਦੇ ਵਿੱਚ ਵੀ ਉਹ ਜਥੇਬੰਦੀਆਂ ਨਾਲ ਜਿਹੜੇ ਸੀਗੇ ਜੋ ਵੀ ਆਪਣੇ ਕਿਸਾਨ ਮੋਰਚੇ ਵਾਲੇ ਸੀਗੇ, ਹਾਂ ਉਹ ਉਦੋਂ ਵੀ ਗਦਾਰ ਕਹਿੰਦੇ ਸੀ, ਅਸੀਂ ਤਾਂ ਉਦੋਂ ਵੀ ਲੜਦੇ ਸੀਗੇ ਉਹਨਾਂ ਨਾਲ ਵੀ ਤੁਹਾਨੂੰ ਪਹਿਚਾਣ ਨਹੀਂ ਬੰਦੇ ਦੀ। ਵੀ ਇਹਨਾਂ ਦੇ ਨਾਲ ਸੀਗੇ ਜੀ, ਸਿਆਣੇ ਬੰਦੇ ਹੀ ਥੋੜ੍ਹੇ ਜਿਹੇ ਉਦੋਂ ਹੋਏ ਸੀਗੇ, ਵਿਰੁੱਧ ਪਿੰਡਾਂ 'ਚ ਮੁੰਡੇ ਸਾਰੇ ਨਾਲ ਹੀ ਸੀਗੇ ਉਦੋਂ ਵੀ ਜੀ। ਮਤਲਬ ਹਰ ਚੀਜ਼ ਦੀ ਕਦਰ ਉਸ 'ਤੇ ਜਾਣ ਤੋਂ ਬਾਅਦ ਕਿਉਂ ਕਰਦੇ ਆ, ਪੰਜਾਬੀਆਂ ਦੀ ਫਿਤਰਤ ਕਿਉਂ ਆ ਜੀ? ਅਸੀਂ ਤਾਂ ਪਹਿਲਾਂ ਵੀ ਉਹਨਾਂ ਨਾਲ ਹੀ ਸੀਗੇ। ਪੰਜਾਬੀ ਲੇਟ ਹੀ ਜਾਗਦੇ ਬਾਈ, ਇਹਨਾਂ ਨੂੰ ਪਤਾ ਹੀ ਬਾਅਦ ਉਦੋਂ ਜਾਗਦੇ। ਹਾਂਜੀ ਘੱਟ ਸਭ ਨੂੰ ਜਾਂਦੇ, ਫਿਰ ਜਦੋਂ ਪੈਂਦੇ ਨਾ ਅਸੀਂ ਫਿਰ ਸਾਰਾ ਕੁਝ ਪਾਸ ਕਰ ਜਾਂਦੇ, ਪਰ ਉੱਠਦੇ ਲੇਟ ਹਾਂ ਅਸੀਂ, ਲੇਟ ਹਾਂ ਬਿਲਕੁਲ। ਜਦੋਂ ਮਤਲਬ ਕਿ ਚੜ੍ਹਦੀ ਗਾਜ ਹੁੰਦੇ ਆ ਫਿਰ ਸਭ ਕੁਝ ਫਤਿਹ ਹੋ ਜਾਂਦਾ, ਸਾਰਾ ਕੁਝ ਫਤਿਹ ਹੋ ਜਾਂਦਾ ਜੀ ਬਿਲਕੁਲ, ਤੁਸੀਂ ਦੇਖ ਸਕਦੇ ਹੋ। ਹਾਂਜੀ ਵੀ ਜੀ, ਅੱਜ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਕਿੱਥੋਂ ਆਏ ਜੀ? ਅਸੀਂ ਆਏ ਸ਼ਾਹਕੋਟ ਤੋਂ ਜੀ। ਸ਼ਾਹਕੋਟ ਤੋਂ ਆਏ ਹੋ? ਸ਼ਾਨ ਸਾਹਿਬ ਇੱਥੋਂ ਲੈ ਆਣ ਕੇ? ਅੱਛਾ ਜੀ। ਹਾਂਜੀ ਕੀ ਕਹਿਣਾ ਚਾਹੋਗੇ? ਦੀਪ ਸਿੱਧੂ ਦੀ ਸੋਚ 'ਤੇ ਪਹਿਰਾ ਦੇਵਾਂਗੇ ਠੋਕ ਕੇ, ਸਾਨੂੰ ਜਾਨ ਵੀ ਦੇਣੀ ਪਈ, ਅਸੀਂ ਤਿਆਰ ਹਾਂ। ਇਹ ਨਹੀਂ ਇੱਕ ਦੀਪ ਮਰ ਗਿਆ, ਲੱਖਾਂ ਦੀਪ ਜਾਗ ਗਏ, ਇੱਕ ਦੀ ਇਹ ਨਹੀਂ ਮਰਿਆ, ਬਹੁਤ ਲੋਕ ਦੁਨੀਆ ਦੇਖੀ ਜਾਗਰੂਕ ਹੋਈ ਆ। ਅਸੀਂ ਵੀ ਚਲੋ ਹੁਣ ਹੋਏ ਹਾਂ ਕਿ ਪੰਜਾਬ ਵਾਸਤੇ ਕੁਛ ਕਰਾਂਗੇ, ਭਾਵੇਂ ਸਾਨੂੰ ਜਾਨ ਦੇਣੀ ਪਵੇ, ਅਸੀਂ ਤਿਆਰ ਹਾਂ। ਮੈਂ ਤਿਆਰ ਹਾਂ, ਮੇਰੀ ਅੱਜ ਜਾਨ ਲੈ ਲਓ, ਅਸੀਂ ਤਿਆਰ ਹਾਂ। ਦੀਪ ਸਿੱਧੂ ਦੀ ਸੋਚ 'ਤੇ ਪਹਿਰਾ ਦੇਵਾਂਗੇ ਠੋਕ ਕੇ, ਅਸੀਂ ਦੀਪ ਸਿੱਧੂ ਵੀਰ ਦੇ ਨਾਲ ਪਹਿਲਾਂ ਵੀ ਨਾਲ ਸੀ ਅਤੇ ਅੱਜ ਵੀ ਨਾਲ ਆ। ਜਦੋਂ ਸੰਘਰਸ਼ ਵਿੱਚ ਆਇਆ ਸੀ ਅਸੀਂ ਉਦੋਂ ਤੋਂ ਨਾਲ ਆ, ਉਹਨੂੰ ਜਿਹੜੇ ਗੱਦਾਰ ਕਹਿਣ ਵਾਲੇ ਆ ਨਾ, ਉਹ ਗੱਦਾਰ ਨਿਕਲੇ ਅੱਜ, ਕੋਈ ਬੀਜੇਪੀ ਦੇ ਨਾਲ ਗਿਆ ਕੋਈ ਕਿਤੇ, ਉਹ ਗੱਦਾਰ ਨਹੀਂ ਸੀ ਅਤੇ ਨਾ ਹੀ ਹੈਗਾ, ਉਹ ਕੌਮ ਦਾ ਯੋਧਾ ਆ। ਉਹਨੂੰ ਮੁੱਲ ਹੋਣਾ, ਉਹਨੂੰ ਜਾਨ ਦੇ ਕੇ ਮੁੱਲ ਚੁਕਾਉਣਾ ਪਿਆ। ਮੈਂ ਸੱਚਾ ਕਹਿੰਦਾ ਰਿਹਾ, ਦੁਨੀਆ ਨਹੀਂ ਮੰਨਦੀ ਨਹੀਂ ਗਦਾਰ ਆ, ਪਰ ਨਹੀਂ ਗਦਾਰ ਨਹੀਂ ਸੀ ਉਹ। ਅਸੀਂ ਪਹਿਲੇ ਦਿਨ ਤੋਂ ਸਪੋਰਟ ਕਰਦੇ ਆਏ ਹਾਂ ਬਾਈ ਦੀ ਅਤੇ ਕਰਦੇ ਰਹਾਂਗੇ ਜਿੰਨਾ ਤੱਕ ਸਾਡੀ, ਜਿੰਨਾ ਚਿਰ ਕਬਰਾਂ ਵਿੱਚ ਨਾ ਮਿੱਟੀ ਨਹੀਂ ਹੋ ਜਾਂਦੇ ਉਹਨਾਂ ਦੀ ਸਪੋਰਟ ਕਰਦੇ ਰਹਾਂਗੇ। ਹਾਂਜੀ ਧੰਨਵਾਦ ਜੀ। ਹਾਂਜੀ ਵੀਰ ਜੀ ਕੀ ਕਹਿਣਾ ਚਾਹ ਰਹੇ ਹੋ? ਵੀਰ ਜੀ ਦੀਪ ਸਿੱਧ ਸਾਡੀ ਕੌਮ ਦੀ ਹਮੇਸ਼ਾ ਹੀ ਨਿਖੇਧੀ ਰਹੀ ਆ ਕਿ ਸਾਨੂੰ ਪਹਿਚਾਣ ਉਦੋਂ ਹੀ ਆਉਂਦੀ ਆ ਜਦੋਂ ਸਾਡੇ ਵਿੱਚ ਬੰਦਾ ਨਹੀਂ ਰਹਿੰਦਾ ਹੈਗਾ। ਚਲੋ ਇਹ ਵੀ ਬਹੁਤ ਵਧੀਆ ਗੱਲ ਆ ਕਿ ਹੁਣ ਵੀ ਲੋਕ ਸੰਭਲੇ ਆ, ਜੇ ਸੰਭਲੇ ਆ ਤਾਂ ਉਹਦੀ ਸੋਚ 'ਤੇ ਪਹਿਰਾ ਦੇਣਾ ਚਾਹੀਦਾ ਵਾ। ਇਹ ਵੀ ਸਾਡੀ ਗੱਲ ਆ ਕਿ ਅਸੀਂ ਉਸ ਬੰਦੇ ਨੂੰ ਪੂਜਣ ਲੱਗ ਜਾਂਦੇ, ਉਹਦੀ ਸੋਚ ਨੂੰ ਪੂਜਣਾ ਚਾਹੀਦਾ ਵਾ, ਉਹਨੂੰ ਮੰਨਣਾ ਚਾਹੀਦਾ ਜੀ। ਜੇ ਉਹਦੀ ਸੋਚ ਨੂੰ ਅਪਣਾਵਾਂਗੇ ਤਾਂ ਉਸ ਬੰਦੇ ਨੂੰ ਵੀ ਸਾਡੇ 'ਤੇ ਫਕਰ ਹੋਊਗਾ, ਉਹਦੀ ਆਤਮਾ ਨੂੰ ਸ਼ਾਂਤੀ ਮਿਲੂਗੀ ਅਤੇ ਸਾਨੂੰ ਉਹਦੀ ਸੋਚ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਜੀ। ਸੋਚ ਮੰਨਣੀ ਚਾਹੀਦੀ, ਸੋਚ ਮੰਨਣੀ। ਲੱਗਦਾ ਕਿ ਲੇਟ ਜਾਗਦੇ ਆਪਣੇ ਬੰਦੇ। ਹਾਂਜੀ ਜਦੋਂ ਸਮਾਂ ਬੀਤ ਜਾਂਦਾ। ਸਹੀ ਗੱਲ ਹੈ ਜੀ, ਇਹੀ ਮੈਂ ਕਹਿ ਰਿਹਾ ਕਿ ਜੋ ਉਹ ਬੰਦੇ ਦੀ ਪਹਿਚਾਣ ਸਾਨੂੰ ਉਦੋਂ ਹੀ ਆਉਂਦੀ ਆ ਜਦੋਂ ਵੀ ਉਹ ਸਾਡੇ ਵਿੱਚ ਨਹੀਂ ਰਹਿੰਦਾ ਹੈਗਾ, ਅਤੇ ਇਹ ਸਾਡੇ ਨਿਖੇਧੀ ਸਾਡੀ ਕੌਮ ਦੀ ਹਮੇਸ਼ਾ ਹੀ ਸਾਡੇ 'ਚ ਇਹ ਗੱਲ ਰਹੀ ਹੈ ਸ਼ੁਰੂ ਤੋਂ ਲੈ ਕੇ ਹੁਣ ਤੱਕ। ਨਿਸ਼ਾਨ ਸਾਹਿਬ ਲਾਏ ਜਾ ਰਹੇ ਨੇ, ਇੱਕ ਪਾਸੇ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ। ਹਾਂਜੀ ਵੀਰ ਜੀ ਦਸਤਾਰ ਸਜਾਈ ਜਾ ਰਹੀ ਹੈ, ਮੈਨੂੰ ਲੱਗਦਾ ਘੱਟ ਸਜਾਉਂਦੇ ਹੋਵੋਗੇ ਪਹਿਲਾਂ ਜਾਂ ਅੱਜ ਵੀਰ ਸੇਵਾ ਕਰ ਰਿਹਾ। ਹਾਂਜੀ ਭਾਅ ਜੀ ਅੱਜ ਸਜਾਉਣ ਲੱਗੇ। ਕਿਵੇਂ ਲੱਗ ਰਿਹਾ ਵੈਸੇ ਦਸਤਾਰ? ਬਹੁਤ ਵਧੀਆ ਲੱਗ ਰਿਹਾ ਭਾਅ ਜੀ, ਤਾਂ ਬੰਨੀ ਜਾ ਰਹੀ ਹੈ, ਫਕਰ ਜਿਹਾ ਮਹਿਸੂਸ ਨਹੀਂ? ਹਾਂਜੀ ਹਾਂਜੀ ਭਾਅ ਜੀ ਹੋ ਰਿਹਾ ਜੀ। ਇੱਕ ਰੰਗ ਕੇਸਰੀ, ਹਾਂਜੀ ਸਪੈਸ਼ਲ ਖਾਲਸੇ ਦਾ ਰੰਗ ਸਜਾਇਆ ਜੀ। ਹਾਂਜੀ ਹਾਂਜੀ ਕੀ ਕਹਿਣਾ ਕੀ ਚਾਹੋਗੇ ਵੀਰੇ? ਮਤਲਬ ਇਹ ਚਾਹੀਦਾ ਨੀ ਗਾ, ਮਤਲਬ ਆਪਾਂ ਨੂੰ ਇਹ ਹੋਣਾ ਚਾਹੀਦਾ, ਚੀਦਾ ਆਪ ਨੂੰ ਫੁਜ਼ਨ ਹੋਣਾ ਚਾਹੀਦਾ, ਵਲ ਸਿੱਖਿਆ ਹੀ ਹੋਵੇ। ਹਾਂਜੀ ਇਹ ਤਾਂ ਹੈ ਜੀ, ਜਿੱਦਾਂ ਹੁਣ ਮਾਹੌਲ ਹੀ ਓਦਾਂ ਦਾ ਸੀਗਾ, ਗਾਹਾਂ ਮਾਹੌਲ ਬਣੂਗਾ ਤੇ ਆਪ ਹੀ ਗਾਹ ਬੰਨਣਗੇ, ਜਿੱਦਾਂ ਹੁਣ ਆਪਾਂ ਮੈਂ ਕਿਸੇ ਤੋਂ ਬਣਾਉਣ ਲਈ ਤਾਂ ਤਿਆਰ ਹੋਏ। ਹਾਂਜੀ ਬਣਾਉਣ ਲਈ ਤਿਆਰ ਹੋਏ, ਗਾਹਾਂ ਆਪ ਵੀ ਬੰਨਣਗੇ। ਹਾਂਜੀ ਕਿੱਥੇ ਰਹਿੰਦੇ, ਕਿੱਥੇ ਹੋ? ਨੂਰ ਮਹਿਲ ਏਰੀਆ ਭਾਅ ਜੀ, ਕੰਦੋਲਾ ਕਲਾ ਪਿੰਡ। ਅੱਛਾ ਉੱਥੋਂ ਚੱਲ ਕੇ ਆਏ ਹੋ? ਹਾਂਜੀ ਭਾਅ ਜੀ। ਕੀ ਲੱਗਦਾ ਕੀ ਅੱਜ ਜਿਵੇਂ ਜਾ ਰਹੇ ਹੋ, ਦੀਪ ਸਿੱਧੂ ਦਾ ਜੋ ਇੰਸੀਡੈਂਟ ਹੋਇਆ ਵਾਪਰਿਆ, ਉਹ ਭਾਅ ਜੀ ਗਲਤ ਹੋਇਆ, ਜੋ ਵੀ ਹੋਇਆ ਸਰਕਾਰਾਂ ਨੇ ਕਰਾਇਆ ਜੋ ਵੀ ਹੈ ਗਲਤ ਆ, ਅਸੀਂ ਤਾਂ ਉਹਦੇ ਮਤਲਬ ਸੋਚ ਨੂੰ ਸਹੀ ਸਮਝਦੇ ਸੀਗੇ, ਇਸ ਕਰਕੇ ਹੀ ਚੱਲੇ ਹਾਂ। ਹਾਂਜੀ ਭਾਅ ਜੀ ਥੈਂਕ ਯੂ ਜੀ। ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇੱਧਰ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਜਾ ਰਹੀ ਹੈ,
कोई साढ़े नाल वीर होर भी मौजूद है हरेक गड्डी दे जिहड़ा निशान साहब जिहड़ा उन्हां दे वल्लों लगाया जा रहा है कि जी वाहिगुरू खालसा जी फतेह जी की कहना चाहते जी बाजी कहने दीप सिद्धू साडा ही कौम का योधा सीगा ते अज असी हैगा अपने शहीदी दिहाड़ा उहदे चलिया सरहंद जो कुछ होया है जी ਇਹਦਾ ਜੀ ਹੁਣ ਕੁਦਰਤ ਨੂੰ ਹੀ ਪਤਾ ਸੀ ਤਾਂ ਹੈ ਕੁਛ ਨਹੀਂ ਕਹਿ ਸਕਦੇ ਹਾਂ ਕੋਈ ਰੱਬ ਹੀ ਜਾਣਦਾ ਇਹਦੇ ਬਾਰੇ ਤਾਂ ਦੇਖੋ ਜੀ ਇੱਕ ਨੌਜਵਾਨਾਂ ਨੂੰ ਕੌਮ ਦਾ ਇੱਕ ਯੋਧਾ ਸੀਗਾ ਨੌਜਵਾਨਾਂ ਨੂੰ ਸੇਧ ਦੇਣ ਵਾਲਾ ਸੀ ਉਹਦੇ ਨਾਲ ਨੌਜਵਾਨੀ ਤੁਰਦੀ ਸੀਗੀ ਬਹੁਤ ਮਾੜਾ ਹੋਇਆ ਜੋ ਵੀ ਮਾੜਾ ਹੋਇਆ ਜੇ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਂਦਾ ਇਹਦੀ ਜਾਂਚ ਹੋਣੀ ਚਾਹੀਦੀ ਆ ਅਤੇ ਬਾਕੀ ਜੋ ਕੁਛ ਵੀ ਸਿੱਖੀ ਲਈ ਉਹਨੇ ਕੀਤਾ ਬਹੁਤ ਯੋਗਦਾਨ ਉਹਨੇ ਗੁਰਸਿੱਖੀ ਦੇ ਵਿੱਚ ਆਪਣਾ ਜੀਵਨ ਲਾਇਆ ਮਗਰੋਂ ਇੱਕ ਸਾਲ ਉਹ ਪਹਿਲਾਂ ਕਿਸਾਨ ਸੰਘਰਸ਼ ਤੋਂ ਪਹਿਲਾਂ ਆ ਕੇ ਨਾਲ ਮੁੰਡਿਆਂ ਨੂੰ ਜੋੜਿਆ ਸਾਰਿਆਂ ਦੇ ਨਾਲ ਕਿਸਾਨਾਂ ਦੇ ਨਾਲ ਯੋਗਦਾਨ ਦਿੱਤਾ ਬਹੁਤ ਹੀ ਇੱਕ ਹੋਣਹਾਰ ਦੀਪ ਸਿੱਧੂ ਬਾਈ ਨੌਜਵਾਨ ਮੁੰਡਾ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਸੀਗਾ ਅਸੀਂ ਤਾਂ ਇਹੀ ਕਹਿੰਦੇ ਹਾਂ ਪਰਮਾਤਮਾ ਉਹਨਾਂ ਨੂੰ ਉਹਦੀ ਸੋਚ 'ਤੇ ਪਹਿਰਾ ਦੇਵਾਂਗੇ ਪਰਮਾਤਮਾ ਉਹਨਾਂ ਨੂੰ ਆਪਦੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਅੱਜ ਉਹਦੀ ਅੰਤਿਮ ਅਰਦਾਸ ਆ ਉਹਦੇ ਵਿੱਚ ਸ਼ਾਮਿਲ ਹੋਣ ਲਈ ਸਾਰੇ ਹੀ ਨੌਜਵਾਨ ਦੂਰ ਦੁਰਾਡਿਆਂ ਤੋਂ ਰੋਡ ਭਰੇ ਹੀ ਆਉਂਦੇ ਆ ਸਾਰੇ ਜਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਕੀ ਕਹਿਣਾ ਚਾਹੋਗੇ ਕੁਛ ਤਾਂ ਸ਼ਬਦ ਹੋਣਗੇ ਬੋਲਣਾ ਬਹੁਤ ਵਧੀਆ ਸੋਚ ਦਾ ਮਾਲਕ ਸੀਗਾ ਬਹੁਤ ਹੀ ਵਧੀਆ ਬੰਦਾ ਸੀ ਜਿਹਦੇ ਵਿੱਚ ਆਪਾਂ ਕੋਈ ਟਿੱਪਣੀ ਵਰਤ ਨਹੀਂ ਸਕਦੇ ਇੰਨਾ ਵਧੀਆ ਸੋਚ ਦਾ ਮਾਲਕ ਸੀਗਾ ਸੰਤਾਂ ਦੀਆਂ ਗੱਲਾਂ ਕਰਨ ਵਾਲਾ ਸੀਗਾ ਅਤੇ ਸੰਤਾਂ ਨਾਲ ਸੋਚ ਵੀ ਮਿਲਦੀ ਸੀਗੀ ਅਤੇ ਬਹੁਤ ਵਧੀਆ ਸੀਗਾ ਜਿਹੜਾ ਇੰਨਾ ਦੁੱਖ ਜਿਹੜਾ ਹੋ ਗਿਆ ਪੂਰਾ ਹੋਣਾ ਨਹੀਂ ਗਾ ਅਤੇ ਪਰਮਾਤਮਾ ਨੇ ਰੂਹ ਨੂੰ ਸ਼ਾਂਤੀ ਬਖਸ਼ੇ ਮਾਰੇ ਸਿੱਖ ਕੌਮ ਨੂੰ ਨਾ ਕਦੇ ਪੂਰਾ ਹੋਣ ਵਾਲਾ ਘਾਟਾ ਸਿੱਖ ਕੌਮ ਨੂੰ ਵਾਸਤੇ ਬਹੁਤ ਵੱਡਾ ਘਾਟਾ ਪਿਆ ਨੌਜਵਾਨਾਂ ਦੀ ਇਹੋ ਜਿਹਿਆਂ ਦੀ ਲੋੜ ਆ ਵੀਰਾਂ ਦੀ ਜੋ ਚੰਗੀ ਸਿੱਖਿਆ ਦੇ ਕੇ ਨੌਜਵਾਨਾਂ ਨੂੰ ਆਪਣੇ ਗੁਰਸਿੱਖੀ ਜੀਵਨ ਵਾਲੇ ਪ੍ਰੇਰਿਤ ਕਰਦੇ ਆ ਇਹੋ ਜਿਹੇ ਯੋਧਾ ਕੋਈ ਕੋਈ ਜੰਮਦਾ ਸਦੀਆਂ ਬਾਅਦ ਹਨੂਰ ਨੂਰ ਸਭ ਕੁਛ ਸੀ ਦੀਪ ਸਿੱਧੂ ਬਾਈ ਦੇ ਵਿੱਚ ਕੋਟਨ ਕੋਟਨ ਪ੍ਰਣਾਮ ਆ ਉਹਨੂੰ ਉਹਦੇ ਚੰਗੇ ਕੰਮਾਂ ਦੀ ਜਿਹੜੇ ਵੀ ਦੇ ਪੰਜਾਬ ਵਾਸਤੇ ਜਾਂ ਸਿੱਖ ਕੌਮ ਵਾਸਤੇ ਕੰਮ ਕੀਤੇ ਆ ਕੋਟਨ ਕੋਟਨ ਪ੍ਰਣਾਮ ਸ਼ਲਾਘਾ ਕਰਦੇ ਆ ਨੌਜਵਾਨ ਵੀਰ ਬਸ ਸਾਡਾ ਇਹੀ ਕੁਛ ਕਹਿਣਾ ਪਰਮਾਤਮਾ ਨੂੰ ਆਪਦੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਅੱਗੇ ਜੋ ਉਹਦੇ ਰਸਤੇ ਦਿਖਾਏ ਆ ਨੌਜਵਾਨ ਵੀਰਾਂ ਨੂੰ ਬੇਨਤੀ ਕਰਦੇ ਹਾਂ ਵੀ ਚੱਲਣ ਲਈ ਪ੍ਰੇਰਿਤ ਹੋਣ ਉਹਦੀ ਸੋਚ 'ਤੇ ਆਪਾਂ ਤੋਂ ਪਹਿਰਾ ਦਿੱਤਾ ਜਾਵੇ ਸਾਰੇ ਹੀ ਦੇਰ ਰਲ ਮਿਲ ਕੇ ਨੌਜਵਾਨ ਇਹੀ ਉਹਦੀ ਸੱਚੀ ਸ਼ਰਧਾਂਜਲੀ ਹੋਵੇਗੀ ਵਾਹਿਗੁਰੂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਨਿਸ਼ਾਨ ਸਾਹਿਬ ਲਾਏ ਜਾ ਰਹੇ ਨੇ ਕੋਈ ਇੱਕ ਇੱਕ ਨਿਸ਼ਾਨ ਸਾਹਿਬ ਲਾ ਰਿਹਾ ਦੋ ਦੋ ਨਿਸ਼ਾਨ ਸਾਹਿਬ ਵੀ ਲਾਏ ਜਾ ਰਹੇ ਨੇ ਵੀਰ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਵੀਰ ਜੀ ਵਾਹਿਗੁਰੂ ਖਾਲਸਾ ਜੀ ਫਤਿਹ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਅਸੀਂ ਭਾਅ ਜੀ ਜਗਰਾਉਂ ਤੋਂ ਆਏ ਹਾਂ ਜੀ ਜਗਰਾਉਂ ਤੋਂ ਆਏ ਕੀ ਲੱਗ ਰਿਹਾ ਪਹਿਲਾਂ ਤਾਂ ਇਸ ਚੀਜ਼ 'ਤੇ ਨਿਸ਼ਾਨ ਸਾਹਿਬ ਲਾਏ ਆ ਫਖਰ ਜਿਹਾ ਮਹਿਸੂਸ ਹੋਇਆ ਇੱਥੇ ਆ ਕੇ ਬਿਲਕੁਲ ਜੀ ਬਹੁਤ ਫਖਰ ਮਹਿਸੂਸ ਹੈ ਭਾਅ ਜੀ ਇਹ ਆਪਣਾ ਧਾਰਮਿਕ ਚੈਨਲ ਜੀ ਠੀਕ ਹੈ ਜੀ ਅਤੇ ਕੰਪਲਸਰੀ ਆਪਣੇ ਲਈ ਹੈ ਨਾ ਸਭ ਨੂੰ ਪਤਾ ਹੀ ਆ ਤਾਂ ਹੈਗਾ ਪਰ ਹਾਂਜੀ ਕਦੇ ਕਦੇ ਜਾਗਦੀ ਆ ਕੌਮ ਵੈਸੇ ਤਾਂ ਇਹ ਚਾਹੀਦਾ ਕਿ ਪੰਜਾਬੀਆਂ ਦੀ ਨਿਸ਼ਾਨ ਨਹੀਂ ਇਹ ਹੋਣੀ ਚਾਹੀਦੀ ਦੇਖੋ ਇੱਕ ਚੰਗਾਰੀ ਉੱਠੀ ਆ ਇੱਕ ਹੈ ਨਾ ਸਭ ਨੂੰ ਚਾਹੀਦਾ ਵੀ ਇਹ ਚੀਜ਼ ਸਾਰਾ ਕੰਟੀਨਿਊ ਇੱਦਾਂ ਹੀ ਰੱਖੀ ਜਾਵੇ ਠੀਕ ਆ ਇੱਕ ਮਤਲਬ ਆਪਣਾ ਸਿੱਖ ਧਰਮ ਨੂੰ ਠੀਕ ਆ ਕਿੱਡਾ ਸਿੱਖ ਧਰਮ ਆ ਆਪਣਾ ਸਭ ਨੂੰ ਪਤਾ ਠੀਕ ਆ ਪਰ ਇਹ ਕੋਈ ਐਂ ਨਹੀਂ ਹੈਗਾ ਕੋਈ ਇੱਕ ਬੰਦਾ ਹੀ ਇਹਨੂੰ ਚਲਾ ਸਕਦਾ ਠੀਕ ਆ ਸਾਰਿਆਂ ਨੂੰ ਠੀਕ ਆ ਰਲ ਮਿਲ ਕੇ ਚੱਲਣਾ ਚਾਹੀਦਾ ਭਾਅ ਜੀ ਬਸ ਇਹੀ ਕਹਿਣਾ ਚਾਹਾਂਗੇ ਹੈ ਨਾ ਬਾਕੀ ਕੀ ਆ ਦੀਪ ਸਿੱਧੂ ਜੋ ਇੰਸੀਡੈਂਟ ਵਾਪਰਿਆ ਬਹੁਤ ਮਾੜਾ ਹੋਇਆ ਭਾਅ ਜੀ ਬਹੁਤ ਇੰਨਾ ਦਰਦ ਆ ਸਾਰਿਆਂ ਦੇ ਹੈ ਨਾ ਬਹੁਤ ਬਹੁਤ ਜ਼ਿਆਦਾ ਮਾੜੀ ਗੱਲ ਹੋਈ ਆ ਬਹੁਤ ਜ਼ਿਆਦਾ ਦਰਦ ਆ ਭਾਅ ਜੀ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਨਿਸ਼ਾਨ ਸਾਹਿਬ ਜਿਹੜੇ ਆ ਝੂਲਤੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ਇਹ ਝੂਲਦੇ ਹੀ ਰਹਿਣੇ ਆ ਚਾਹੇ ਕੋਈ ਵੀ ਚੜ੍ਹ ਕੇ ਆ ਜਾਵੇ ਚਾਹੇ ਦਬਾ ਲਵੇ ਆਵਾਜ਼ ਨੂੰ ਪਰ ਇਹ ਚੀਜ਼ ਨੂੰ ਦਬਾਇਆ ਨਹੀਂ ਜਾ ਸਕਦਾ ਤੁਸੀਂ ਦੇਖੋ ਕਿ ਜਿੰਨਾ ਇਸ ਚੀਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਆ ਓਨਾ ਵੱਧ ਚੜ੍ਹ ਕੇ ਨੌਜਵਾਨੀ ਇਸ ਨੂੰ ਮਤਲਬ ਆਪਦੇ ਗੱਡੀਆਂ ਦੇ ਉੱਪਰ ਲਗਾ ਰਹੀ ਹੈ ਨਿਸ਼ਾਨ ਸਾਹਿਬ ਝੂਲ ਰਹੇ ਨੇ ਅੱਜ ਵਾਹਿਗੁਰੂ ਦੀ ਕਿਰਪਾ ਦੇ ਨਾਲ ਪੰਥ ਇਕੱਠਾ ਹੋਇਆ ਫਤਿਹਗੜ੍ਹ ਦੀ ਮੁਕੱਦਸ ਧਰਤੀ 'ਤੇ ਅੱਜ ਜਾ ਰਿਹਾ ਹੋਰ ਵੀ ਸਿੰਘ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਦੇ ਖਾਲਸਾ ਜੀ ਵੀਰਾ ਮੈਂ ਨਹੀਂ ਹਾਂਜੀ ਕਿੱਥੋਂ ਆ ਜੀ ਉਰੇ ਹੀ ਆ ਵੀਰੇ ਆਪਾਂ ਦਾ ਇੱਥੇ ਹੀ ਹੋ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਆ ਹਾਂਜੀ ਹਾਂ ਹਾਂਜੀ ਹਾਂ ਜੀ ਜੀ ਬਿਲਕੁਲ ਕੁਛ ਵੀਰ ਝੱਕਦੇ ਆ ਕੈਮਰੇ ਤੋਂ ਗੱਲਬਾਤ ਕਰਨ ਤੋਂ ਪਰ ਤੁਹਾਨੂੰ ਦਿਖਾ ਦਿੰਦੇ ਹਾਂ ਤਸਵੀਰਾਂ ਦੇ ਵਿੱਚ ਕਿ ਇਹ ਜਿਹੜਾ ਵੱਡਾ ਇਕੱਠ ਅੱਜ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ 'ਤੇ ਜਿਹੜਾ ਪਹੁੰਚ ਰਿਹਾ ਨਿਸ਼ਾਨ ਸਾਹਿਬ ਚਾਹੇ ਤਾਂ ਉਹ ਮੋਟਰਸਾਈਕਲ ਹੋਵੇ ਚਾਹੇ ਉਹ ਗੱਡੀ ਹੋਵੇ ਹਰੇਕ 'ਤੇ ਇਹ ਨਿਸ਼ਾਨ ਸਾਹਿਬ ਜਿਹੜਾ ਉਹ ਵਰਤਿਆ ਜਾ ਰਿਹਾ ਜੀ ਹਾਂਜੀ ਖਾਲਸਾ ਜੀ ਚਾਹੁੰਦੇ ਜੀ ਹਾਂਜੀ
कहना भी बहुत जानी कि दुख की गल कि दीप सिद्धू वीर ने इदा होया तो आ सारे तो देख ही रहो कि जज्बा पंजाब के मुंडे जा कि जे कहते भी पीढ़ी मतलब खत्म हो गई या चिट्टा इदा है ना जो कहते आज देख ही रहे हो कट दस रहा वा बई कि दीप वीरे सारे मतलब बहुत दुख वाली गल है वीर जी बस यही मतलब कोई लफ्ज़ है नहीं गए दुख में बयान करने जी वीर जी बस भीर यही असं भी यही कहना चाहते हैं पनौड़ा पिंड लुधियाने तो मुला प्रदाख है जी एक चीज़ दिखा दें कि वीर एक लत तो अपाज है पर फिर भी जज्बा जोड़ा वो जज्बा ये चीज़ा नहीं देखता गा कि मेरी कोई लत कम करती है ज बह कम नहीं करती कि मतलब इन्होंने चीज़ों पर डिपेंड होगा खालसा जी हाँ जी खालसा जी फतेह पर फिर भी जज्बा मतलब कि लैके अज उस धरती पर पहुँच रहे हैं कि जिथे अज अंतम अरदास हो जा रही की कहना चाहते जी हाँ जी वाहगुरू जी का खालसा वाहगुरू जी की फतेह असी उन्होंने सुनेहा देना चाहते हैं जिहड़ियां सरकारां ने जिहड़े बंदियां ने काम कराया एक दीप सिद्धू तो उन्होंने कला लिया बाकी लखां किदां कला लैणगे एक कलाता उन्होंने जिहड़े बाकी जगा गया इन्हां नूं कित्थों मार लैणगे की कर लैणगे इदां ये चलो वो युद्ध की जिनी सेवा लिखी ही वह अकाल पुरख ने उन्नी वो अपनी निभा गया बाकी अपना यह फर्ज बनता सारिआं दा वी आपां नूं वो जागदी जमीर वाले बनाए गया दीप सिद्धू अपनी जमीर जागनी चाहिए है अच्छी श्री अमृतसर साहब तो आए हैं जी बिल्कुल बिल्कुल जी बिल्कुल सवेरे गुरु साहब ने तोरिया ही जी 6:30 तो 7:30 उत्थे आए गोल्डन गेट उतो काफला तुरिया दास का घोड़ा थोड़ा जि खराब हो गया फिर सैट करके हूँ फिर ताले पाए ने हूँ गुरु साहब चढ़ती कला करे वाहेगुरु जी का खालसा वाहेगुरु जी की फतेह लेके आए हाँ जी हाँ जी बाबा जी पूरी चढ़ती कला एक जज्बा है भी जज्बा है कि निशान साहब लैके पहुँचना एक निशान साहब अगले पास ला लेना एक रीजनल निशान साहब जो देखो जी दीप सिद्धू साढ़े व्डे वीर से आप उठे भी है ना रहे उन्होंने निशान साहब लाल किले चढ़ाया ही उन्होंने लाल किले चढ़ाने का मतलब यह सगा कि आप सारी सिख कौम ने कट्ठे गाना है तो सो अपन सारे चाहिए भी कट्ठे होना फिर ही अपना कुछ बनूंगा नहीं तो सरकार आपको इदा ही बस कर दें रहन गए सारा कुछ जी वीर जी वाहेगुरू जी का खालसा वाहेगुरू जी की फतेह बस वीर जी यही कहना चाहते हैं भी बहुत जो भी होया बहुत बुरा होया भी जो भी सरकार ने कराया जे पिछे जिदा भी हाथ आ बहुत ही माड़ी गल आ ठीक है ना योधा सी साडी कौम दा योधा सी लुधियाने तो आए भीरे हाँ जी लेट बहुत हो गई लेट हो गई भीरे थोड़ा लेट बहुत हो गई खालसा जी खालसा जी मोटरसाइकिल खराब हो गया सी रास्ते च बुलेट खराब हो गया चारा मंग गया है हाँ जी घोड़ा चारा मंग गया ता ही तेज आ रहे थे भाई बहुत लेट हो गया अं हाँ जी पहुंचो जी की लगता वीर जी जज्बा लैके चले अज ये पहला तो सारे सत श्री अकाल जी अकाल चैनल देख रहे स्रोतियां ये जिहड़ा वीर दीप सिद्धू सीगा जी ये अपने गवांढ पिंड तो ही सीगा तो बहुत वधिया इंसान सीगा बहुत चंगी सोच रखता सीगा इहनू मैं परसनली एक बार मिलिया जी बठिंडे उस तो बाद मेरा मेल नहीं होया इहदे नाल ते संघर्ष भी इहदा बहुत वड्डा योगदान रहा है जी लोगों नूं इकट्ठा करना जागरूक करना तो जो भी कुछ होया जी बहुत गलत होया तो परसनली तो पता तो है नहीं गा कि एक्सीडेंट होया जां किसी की साजिश सी इस चीज़ बारे तो कुछ भी नहीं पता आपू आप कुछ नहीं कह सकते पर जो भी होया जी बहुत गलत होया एक परिवार तो उन्हों का पुत चला गया एक पंजाब तो एक पंजाब नूं जागरूक करने वाला एक नौजवान चला गया सिख धर्म नूं बिलोंग करता सीगा जी लोगों जागरूक करता सी हरेक नूं यही अपील करता सी कि इकट्ठे रहो मैं भी यह चैनल के राही यही अपील करता जी सारिआं नूं जो भी स्रोते मैनूं देख रहे आ कि पॉलिटिक्स च कुछ नहीं पिया कोई भी पार्टी आ किसी भी पार्टी ने कुछ नहीं देना आखिर नूं आपां नूं अगे ही आपका हार्डवर्क मेहनत करके अगे आना चाहिए आना पैना सो मैं यही अपील करदा सारिआं नूं कि आपकी मेहनत करो हरेक का साथ दिओ तो सच का साथ दिओ तो हमेशा मेहनत करके अगे आओ किसी लीडर के किसी पार्टी बाजी पैन का या किसी के पिछे लगन का कोई फायदा नहीं धन्यवाद बिल्कुल तुसीं देख सकते हो कि निशान साहब जिहड़ा अज गड्डियां ते लगाया जा रहा है इकट्ठ जिहड़ा फतेहगढ़ साहब की पवित्र धरती से जा रहा है दीप सिद्धू की अज अंतम अरदास है संदीप सिंह उर्फ दीप सिद्धू जो इस दुनिया के नहीं रहे सिख कौम पंथ के खातर गल करते हमेशा झूलते निशान रहन पंथ महाराज के अज भी सानू नारा याद है कि जो 26 जनवरी भाई जुगराज सिंह के उन्होंने साथियों के वालों जी सेवा की गई सी निशान साहब सी चाहे वह किसी का होर झंडे का अपमान नहीं किया पर निशान साहब जिहड़ा एक पास जो चुलाया 26 जनवरी तो वह जी बोल सके पंथ झूलते निशान रहन पंथ महाराज के चलो समा बीतता है कोई ना किवें सुब मेले मेले होंगे ने जां सुबी
ਗੁਰੂ ਪਾਤਸ਼ਾਹ ਦੀ ਕਿਰਪਾ ਹੁੰਦੀ ਹੈ ਅਤੇ ਇੱਕ ਵਿਧੀ ਬਣਦੀ ਹੈ। ਫਿਰ ਅੱਜ ਇਕੱਠੇ ਹੋਏ ਨੇ, ਇਕੱਠੇ ਹੋ ਕੇ ਤਾਂ ਤੁਸੀਂ ਵੇਖੋ ਕਿ ਗੱਡੀਆਂ 'ਤੇ ਨਿਸ਼ਾਨ ਸਾਹਿਬ ਨਜ਼ਰ ਆ ਰਹੇ ਨੇ। ਕੋਈ ਸਕੂ ਤਾਂ ਇਹਨੂੰ ਝੰਡੇ ਵੀ ਕਹਿ ਦਿੰਦੇ ਆ, ਪਰ ਮਾਫ਼ ਕਰਨਾ, ਹੋ ਸਕਦਾ ਸਾਡੇ ਤੋਂ ਵੀ ਕਿਤੇ ਸ਼ਬਦ ਵਰਤਿਆ ਗਿਆ ਹੋਵੇ, ਪਰ ਨਿਸ਼ਾਨ ਸਾਹਿਬ ਨੇ ਇਸ ਨਿਸ਼ਾਨ ਸਾਹਿਬ ਥੱਲੇ ਕੋਈ ਮਜ਼ਹਬ ਨਹੀਂ ਦੇਖਿਆ ਜਾਂਦਾ, ਕੋਈ ਧਰਮ ਨਹੀਂ ਦੇਖਿਆ ਜਾਂਦਾ, ਕੁਛ ਨਹੀਂ ਦੇਖਿਆ ਜਾਂਦਾ, ਕੋਈ ਜਾਤ ਨਹੀਂ, ਕੋਈ ਪਾਤ ਨਹੀਂ। ਜਿਹੜਾ ਵੀ ਇਸ ਨਿਸ਼ਾਨ ਸਾਹਿਬ ਥੱਲੇ ਆਉਂਦਾ, ਇਹ ਜਾਂ ਦੀ ਅਗਵਾਈ ਦੇ ਵਿੱਚ ਆਉਂਦਾ, ਉਹ ਕਦੇ ਖਾਲੀ ਹੱਥ ਨਹੀਂ ਜਾਂਦਾ। ਉਹਨੂੰ ਮਹਾਰਾਜ ਦੀ ਕਿਰਪਾ ਹੁੰਦੀ ਹੈ, ਗੁਰੂ ਪਾਤਸ਼ਾਹ ਦੇ ਅੰਗ ਸੰਗ ਸਹਾਈ ਹੁੰਦੇ ਨੇ, ਚਾਹੇ ਉਹ ਭੁੱਖਾ ਆਸ ਲੈ ਕੇ ਆਇਆ ਹੋਵੇ, ਚਾਹੇ ਇਹਦੀ ਅਗਵਾਈ ਦੇ ਵਿੱਚ ਉਹਨੇ ਕੋਈ ਕਾਰਜ ਪੰਥ ਲਈ ਕਰਨਾ ਹੋਵੇ ਜਾਂ ਆਪਦੇ ਲਈ ਕਰਨਾ ਹੋਵੇ, ਹਮੇਸ਼ਾ ਕਿਰਪਾ ਰਹਿੰਦੀ ਹੈ। ਅੱਜ ਅਸੀਂ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਚੱਲ ਕੇ, ਦੀਪ ਸਿੱਧੂ ਦੇ ਪਿੰਡ ਉਦੇਕਰਨ ਤੋਂ ਚੱਲ ਕੇ, ਉਸ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ 'ਤੇ, ਸ਼ਹੀਦਾਂ ਦੀ ਧਰਤੀ ਤੋਂ ਚੱਲ ਕੇ ਸ਼ਹੀਦਾਂ ਦੀ ਧਰਤੀ ਤੱਕ ਜਾ ਰਹੇ ਸੀ, ਲੁਧਿਆਣਾ ਲੰਘੇ ਹਾਂ ਤਾਂ ਇੱਥੇ ਇੱਕ ਜਿਹੜਾ ਹੈ ਇੱਦਾਂ ਦਾ ਦੇਖਣ ਨੂੰ ਮਿਲਿਆ ਕਿ ਜਿੱਥੇ ਨਿਸ਼ਾਨ ਸਾਹਿਬ ਦੀ ਸੇਵਾ ਸਿੰਘਾਂ ਨੇ ਵੱਲੋਂ ਗੱਡੀਆਂ 'ਤੇ ਲਗਾ ਕੇ ਕੀਤੀ ਜਾ ਰਹੀ ਸੀ, ਅਤੇ ਸਾਡਾ ਫਰਜ਼ ਬਣਦਾ ਸੀ ਕਿ ਇਹ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣ, ਤਾਂ ਅਸੀਂ ਇੱਥੇ ਰੁਕ ਕੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਮੇਰਾ ਸਹਿਯੋਗੀ ਅਤਿੰਦਰਪਾਲ ਸਿੰਘ ਅਤੇ ਮੈਂ ਜਗਮੀਤ ਸਿੰਘ, ਇਸ ਸਮੇਂ ਅਸੀਂ ਲੁਧਿਆਣੇ 'ਚ।